अस्सलाम वालेकुम दोस्तों, ये जी 26 आईडी है 26527 N80 गुब्बड़ बाईपास है उसका। ये फ्लाई ओवर है, छठा गार्ड वर्क डांच हो रहा है जी। 10 गार्ड हैं, 4 पीछे बकाए हैं इसके। नईम शहजाद ऑफिशियल को सब्सक्राइब ज़रूर कीजिएगा। ये जो ब्लैक नज़र आ रहा है आपको, नीचे इसका बेयरिंग पैड है, इसके ऊपर ये फिक्सिंग होगी इसकी गार्डर की। फान खाना ये जी, इसके बेयरिंग पैड की एडजस्टमेंट हो रही है जी गार्डर की, उसके हिसाब से ये रखेंगे उसके ऊपर, उसके बाद उसका लेवल चेक करेंगे। ये जी मजबूत रस्सों के साथ, स्टील स्लॉप्स के साथ इसको स्लिंग किया हुआ है, बांधा हुआ है। अभी दोनों साइडों का लेवल चेक करेंगे, लेवल चेक। नईम शहजाद ऑफिशियल को सब्सक्राइब ज़रूर कीजिएगा। ये जी रॉ फोरमैन लगा हुआ है, बंदों को इंस्ट्रक्शन दे रहा है जी। खड़ गए
ਉਧਰ ਲੈਵਲ ਚੈੱਕ ਕੀਤਾ ਹੋਇਆ ਬੈਰਿੰਗ ਪੈਡ ਦਾ? ਇਹ ਮਸ਼ੀਨ ਦਾ ਕੀ ਨਾਮ? ਇਹ ਵੈਂਚ ਮਸ਼ੀਨ ਹੈ ਜੀ। ਕਿ ਇਸਕੇ ਸਾਥ ਯੇ ਇਸਕੋ ਡਾਊਨ ਕਰੇਂਗੇ ਅਬ। ਯੇ ਦੇਖੇ ਜੀ, ਮਾਮੂਲੀ ਮਾਮੂਲੀ ਰੱਸਾ ਯੇ ਛੋੜ ਰਿਹਾ ਹੈ। ਯੇ ਚੈੱਕ ਕਰੇਂ ਜੀ, ਇਸਕੀ ਆਪਕੋ ਯੇ ਚੈੱਕ ਕਰਵਾਤੇ ਹੈਂ। ਯੇ ਦੇਖੇ, ਯੇ ਆਹਿਸਤਾ ਆਹਿਸਤਾ ਨੀਚੇ ਜਾ ਰਿਹਾ ਹੈ। ਗਾਰਡਰ ਅਬ ਨੀਚੇ ਜਾ ਰਿਹਾ, ਜੋ ਥੋੜ੍ਹਾ ਸਾ ਗੈਪ ਥਾ ਵੋ ਅਬ ਹਾਈਟ ਪੇ ਥਾ, ਨੀਚੇ ਆਹਿਸਤਾ ਆਹਿਸਤਾ ਜਾ ਰਿਹਾ ਜੀ। ਦੋਨੋਂ ਸਾਈਡੋਂ ਪਰ ਮਸ਼ੀਨਾਂ ਲੱਗੀ ਹੋਈਆਂ। ਜੇ ਆਪਕੋ ਦੂਸਰੀ ਸਾਈਡ ਪਰ ਵੀ ਦਿਖਾਤੇ ਹੈਂ, ਜੇ ਦੇਖੇ ਫਿਰ ਉਸਕੇ ਹਿਸਾਬ ਸੇ ਆਪਣੀ ਐਡਜਸਟਮੈਂਟ ਕੇ ਹਿਸਾਬ ਸੇ ਦੋਨੋਂ ਸਾਈਡੋਂ ਪਰ ਲੂਜ਼ ਕਰਤੇ ਹੈਂ ਮਸ਼ੀਨ ਕੋ, ਰੱਸਾ ਛੋੜਤੇ ਹੈਂ, ਤੋ ਫਿਰ ਗਾਰਡਰ ਨੀਚੇ ਆਤਾ ਹੈ। ਔਰ ਦੂਸਰਾ ਯੇ 0.35G ਕੇ ਸਾਥ ਵੀਡੀਓ ਬਣਾ ਰਹੇ ਹੈਂ, ਇਸਕਾ ਰਿਜ਼ਲਟ ਵੀ ਚੈੱਕ ਹੋ ਜਾਏਗਾ, ਵੀਡੀਓ ਵੀ ਚੈੱਕ ਹੋ ਜਾਏਗੀ, ਪਰਫੋਰਮੈਂਸ ਵੀ ਚੈੱਕ ਹੋ ਜਾਏਗੀ। ਇਸਕੇ ਸਾਥ ਦੂਸਰੀ ਵੀਡੀਓ ਹੈ, ਪਹਿਲੇ ਆਲਰੇਡੀ ਦੋ ਵੀਡੀਓ ਡਾਲੀ ਹੋਈ, ਇੱਕ ਅਨਬੋਕਸਿੰਗ ਕੀ ਔਰ ਇੱਕ ਦੂਸਰੀ ਪਰਫੋਰਮੈਂਸ ਕੀ, ਉਹ ਮੇਰੇ ਚੈਨਲ ਪਰ ਦੋਨੋਂ ਵੀਡੀਓ ਹੈ। ਅਗਰ ਕਿਸੀ ਦੋਸਤ ਨੇ ਦੇਖਣੀ ਹੈ ਤੋ ਉਹ ਵੀ ਦੇਖ ਸਕਦਾ ਹੈ। ਚੈਨਲਸ ਕੋ ਸਬਸਕ੍ਰਾਈਬ ਜ਼ਰੂਰ ਕੀਜੀਏਗਾ। ਦੁਆਓਂ ਮੇਂ ਯਾਦ ਰੱਖੀਏਗਾ। ਓਕੇ ਜੀ, ਅੱਲਾ ਹਾਫਿਜ਼।